ਪੰਜਾਬ ਦੇ ਸਿੱਖਿਆ ਮੰਤਰੀ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਥੇਰ ਦਾ ਅੱਜ ਜਨਮ ਦਿਨ ਸੀ ਤੇ ਬਰਨਾਲਾ ਦੀ ਆਪ ਲੀਡਰਸ਼ਿਪ ਨੇ ਉਹਨਾਂ ਦਾ ਜਨਮ ਦਿਨ ਬਰਨਾਲਾ ਦੀ ਝੁੱਗੀ ਚੋਪੜੀਆਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਨਾਲ ਜਾ ਕੇ ਵੱਖਰੇ ਅੰਦਾਜ਼ ਦੇ ਵਿੱਚ ਮਨਾਇਆ। ਇਸ ਮੌਕੇ ਝੁੱਗੀ ਚੋਪੜੀਆਂ ਦੇ ਛੋਟੇ ਛੋਟੇ ਬੱਚਿਆਂ ਨੇ ਮੀਥੇਰ ਦਾ ਜਨਮ ਦਿਨ ਕੇਕ ਕੱਟਿਆ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਝੁੱਗੀ ਚੋਪੜੀਆਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਖਾਣ ਪੀਣ ਦਾ ਸਮਾਨ ਅਤੇ ਸਪੋਰਟ ਕਿੱਟਾਂ ਵੀ ਵੰਡੀਆਂ। ਬਾਇਟ ਗੁਰਦੀਪ ਸਿੰਘ ਬਾਠ, ਜ਼ਿਲ੍ਹਾ ਪ੍ਰਧਾਨ, ਬਾਇਟ ਕੁਲਦੀਪ ਕਬਲ ਦਾਦੂ। ਦੇਖੋ ਜੀ, ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਐਜੂਕੇਸ਼ਨ ਅਤੇ ਹੈਲਥ 'ਚ ਸੁਧਾਰ ਕਰਨਾ। ਸੋ ਅਸੀਂ ਅੱਜ, ਕਿਉਂਕਿ ਸਾਡੇ ਮਾਣਯੋਗ ਐਜੂਕੇਸ਼ਨ ਮਿਨਿਸਟਰ ਮੀਥੇਰ ਜੀ ਦਾ ਬਰਥਡੇ ਆ, ਉਹ ਬੜੀ ਛੋਟੀ ਉਮਰ ਦੇ, ਮੈਂ ਤਾਂ ਕਹੂੰਗਾ ਵੀ ਪੰਜਾਬ 'ਚ ਸਭ ਤੋਂ ਛੋਟੀ ਉਮਰ ਦੇ ਐਜੂਕੇਸ਼ਨ ਮਿਨਿਸਟਰ ਬਣੇ ਨੇ। ਯੰਗ ਨੇ, ਐਨਰਜੈਟਿਕ ਨੇ, ਐਜੂਕੇਟਡ ਨੇ, ਸਾਨੂੰ ਸਾਰਿਆਂ ਨੂੰ ਉਮੀਦਾਂ ਨੇ, ਪੂਰੇ ਪੰਜਾਬ ਨੂੰ ਉਮੀਦਾਂ ਨੇ ਵੀ ਉਹ ਐਜੂਕੇਸ਼ਨ 'ਚ ਸੁਧਾਰ ਕਰਨਗੇ, ਐਜੂਕੇਸ਼ਨ 'ਚ ਰਿਫੋਰਮਸ ਲੈ ਕੇ ਆਉਣਗੇ। ਸੋ ਉਸ ਰਿਫੋਰਮਸ ਦੀ ਪਹਿਲੀ ਪੌੜੀ ਚੜ੍ਹਦੇ ਹੋਏ ਅੱਜ ਅਸੀਂ ਇੱਥੇ, ਦੇਖੋ ਸਾਰਿਆਂ ਨੇ ਸਲਾਹ ਕੀਤੀ ਵੀ ਦੇਖੋ ਝੁੱਗੀਆਂ ਝੋਪੜੀਆਂ 'ਚ ਬਹੁਤ ਮਾੜੇ ਹਾਲਾਤ ਨੇ ਬੱਚਿਆਂ ਦੇ, ਵੀ ਆਪਾਂ ਸੋਚ ਨਹੀਂ ਸਕਦੇ, ਤੁਸੀਂ ਪਹਿਲਾਂ ਵੀ ਵੀਡੀਓ ਸ਼ੂਟ ਕੀਤਾ। ਸੋ ਇਹ ਅਸੀਂ ਤਾਂ ਇਹ ਕਹਿੰਦੇ ਵੀ ਝੁੱਗੀਆਂ ਝੋਪੜੀਆਂ ਹੋਣੀਆਂ ਨਹੀਂ ਚਾਹੀਦੀਆਂ। ਸੋ ਜੇ ਝੁੱਗੀਆਂ ਝੋਪੜੀਆਂ ਨਹੀਂ ਹੋਣਗੀਆਂ, ਉਹਦਾ ਕਾਰਨ ਸਿਰਫ ਤੇ ਸਿਰਫ ਇੱਕ ਹੋ ਸਕਦਾ ਵੀ ਜੇ ਸਾਰੇ ਬੱਚੇ ਪੜ੍ਹ ਜਾਣਗੇ ਤਾਂ ਝੁੱਗੀਆਂ ਝੋਪੜੀਆਂ ਆਪਣੇ ਆਪ ਖਤਮ ਹੋ ਜਾਣਗੀਆਂ। ਕਿਉਂਕਿ ਸਾਡਾ ਮੁੱਖ ਟੀਚਾ ਰਿਹਾ ਹੈਗਾ ਸਾਰੇ ਇਲੈਕਸ਼ਨ ਦੇ ਵਿੱਚ, ਇੱਕ ਐਜੂਕੇਸ਼ਨ ਅਤੇ ਇੱਕ ਹੈਲਥ ਸਿਸਟਮ। ਐਜੂਕੇਸ਼ਨ ਨੂੰ ਲੈ ਕੇ ਸਾਡਾ ਸਾਰਾ ਸਭ ਦੀ ਸੋਚ ਸਵੇਰੇ ਇਹੀ ਬਣੀ ਵੀ ਆਪਾਂ ਅੱਜ ਝੁੱਗੀ ਝੋਪੜੀਆਂ ਜਾ ਕੇ ਕੇਕ ਲਿਜਾ ਕੇ, ਸਪੋਰਟਸ ਦਾ ਸਮਾਨ ਨਾਲ ਲਿਜਾ ਕੇ, ਕਿਤਾਬਾਂ ਜੋ ਨੀਡਸ ਹੈਗੀਆਂ, ਸਵੇਰੇ ਆ ਕੇ ਸਾਡੇ ਕੋਈ ਵਰਕਰ ਉੱਥੋਂ ਆ ਕੇ ਪੁੱਛ ਕੇ ਗਈ ਮੈਡਮਾਂ ਨੂੰ ਕਿਹੜੀ ਕਿਹੜੀ ਕਿਤਾਬ ਬੁੱਕਸ ਚਾਹੀਦੀਆਂ ਨੇਗੀਆਂ, ਨੋਟਸ ਚਾਹੀਦੀਆਂ ਨੇ, ਉਹ ਅਸੀਂ ਪ੍ਰੋਵਾਈਡ ਕਰਵਾਈਆਂ ਅੱਜ ਅਤੇ ਨਾਲ ਲੈ ਕੇ ਆਏ ਹੈਗੇ ਆ। ਕਿਉਂਕਿ ਇਹ ਜਿਹੜੀ ਸਿੱਖਿਆ ਹੈਗੀ ਹੈ, ਇਸੇ ਨਾਲ ਹੀ ਸਾਡੇ ਪੰਜਾਬ ਦੀ, ਸਾਡੇ ਸ਼ਹਿਰ ਬਰਨਾਲੇ ਦੀ ਤਰੱਕੀ ਹੋਣੀ ਹੈ। ਜੇ ਝੁੱਗੀ ਝੋਪੜੀ ਵਾਲੇ ਬੱਚੇ ਪੜ੍ਹਨਗੇ, ਅੱਗੇ ਵਧਣਗੇ, ਤਾਂ ਸਾਡਾ ਦੇਸ਼ ਵਧੂਗਾ, ਸਾਡਾ ਪੰਜਾਬ ਵਧੂਗਾ। ਇਸ ਦੇ ਵਿੱਚ ਸਾਡਾ ਮੰਤਵ ਹੈ, ਸਾਡੀ ਪਾਰਟੀ ਦਾ ਵੀ ਸਭ ਤੋਂ ਪਹਿਲਾ ਮੰਤਵ ਸਿੱਖਿਆ ਹੈ ਵੀ ਹਰ ਇੱਕ ਨੂੰ ਸਿੱਖਿਆ ਇੱਕ ਸਮਾਨ ਮਿਲਣੀ ਚਾਹੀਦੀ ਹੈ, ਚਾਹੇ ਉਹ ਝੁੱਗੀ ਝੋਪੜੀ ਵਾਲਾ ਹੈ, ਚਾਹੇ ਉਹ ਕਿਸੇ ਆਪਣਾ ਰਿਟਾਇਰ ਅਫਸਰ ਦਾ ਬੰਦਾ ਹੈ, ਚਾਹੇ ਕਿਸੇ ਆਫਿਸਰ ਦਾ ਬੰਦਾ ਹੈ, ਚਾਹੇ ਉਹ ਵਪਾਰੀ ਦਾ ਬੰਦਾ। ਇਸ ਮੌਕੇ ਝੁੱਗੀ ਝੋਪੜੀਆਂ ਦੇ ਬੱਚਿਆਂ ਨੇ ਵੀ ਜ਼ਰੂਰਤ ਦੀਆਂ ਕਾਪੀਆਂ ਕਿਤਾਬਾਂ ਹਾਸਿਲ ਕਰਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਉਹਨਾਂ ਨੂੰ ਵੀ ਪੜ੍ਹਨ ਦਾ ਸ਼ੌਂਕ ਹੈ, ਲੇਕਿਨ ਉਹਨਾਂ ਕੋਲ ਕਾਪੀਆਂ ਕਿਤਾਬਾਂ ਨਹੀਂ ਹੁੰਦੀਆਂ ਅਤੇ ਅੱਜ ਉਹਨਾਂ ਨੂੰ ਕਿਤਾਬਾਂ, ਕਾਪੀਆਂ ਮਿਲ ਗਈਆਂ ਨੇ, ਇਸ ਲਈ ਉਹ ਪਾਰਟੀ ਦਾ ਧੰਨਵਾਦ ਕਰਦੇ ਨੇ। ਸਰ, ਮੈਂ 9th ਕਲਾਸ 'ਚ ਪੜ੍ਹਦੀ ਹਾਂ ਅਤੇ ਅਸੀਂ ਝੁੱਗੀ ਝੋਪੜੀਆਂ 'ਚ ਰਹਿੰਦੇ ਹਾਂ ਅਤੇ ਸਾਨੂੰ ਅੱਜ ਆਮ ਪਾਰਟੀ ਵਾਲਿਆਂ ਨੇ ਕਾਪੀਆਂ ਦਿੱਤੀਆਂ ਨੇ। ਸਾਡੇ ਕੋਲ ਪੈਸੇ ਨਹੀਂ ਸੀ ਅਤੇ ਇਹਨਾਂ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ। ਬਰਨਾਲਾ ਦਾਨ ਮੰਡੀ, ਝੁੱਗੀ ਚੋਪੜੀਆਂ 'ਚ ਰਹਿੰਦਾ। ਮੈਨੂੰ ਕਿਤਾਬਾਂ ਦੀ ਲੋੜ ਸੀ ਜੋ ਮੈਨੂੰ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਵੱਲੋਂ। ਸਰ, ਅੱਜ ਬਹੁਤ ਵਧੀਆ ਕੰਮ ਕੀਤਾ ਹੈ, ਸਾਨੂੰ ਕਾਪੀਆਂ ਕਿਤਾਬਾਂ ਦਿੱਤੀਆਂ ਗਈਆਂ। ਸਰ, ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਸਾਨੂੰ ਕਾਪੀਆਂ ਦਿੱਤੀਆਂ ਗਈਆਂ, ਕਿਤਾਬਾਂ ਦਿੱਤੀਆਂ ਗਈਆਂ, ਅਤੇ ਮੇਰੇ ਕੋਲ ਕਿਤਾਬਾਂ ਨਹੀਂ ਸੀ ਜੀ ਪੜ੍ਹਨ ਵਾਸਤੇ, ਜੋ ਮੈਨੂੰ ਅੱਜ ਮਿਲੀਆਂ ਨੇ ਜੀ। ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।